ਸਤਿ ਸ਼੍ਰੀ ਅਕਾਲ ਜੀ ਤੁਸੀਂ ਬਣੇ ਹੋ ਪੰਜਾਬ ਆਨਲਾਈਨ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਮਨੀ ਕਲਾਰ ਤੇ ਨਾਲ ਦੀ ਨਾਲ ਤੁਸੀਂ ਬਣੇ ਹੋ ਮਨੀ ਕਲਾਰ ਦੇ ਅਫੀਸ਼ੀਅਲ ਫੇਸਬੁੱਕ ਪੇਜ ਤੇ ਤੋ ਅਸੀਂ ਇਸ ਵੇਲੇ ਪਹੁੰਚੇ ਹੋਏ ਆ ਜਲੰਧਰ ਤੇ ਜਿੱਥੇ ਹੋ ਰਹੀ ਆ ਵੋਟਾਂ ਦੀ ਗਿਣਤੀ ਅੱਗ ਲੱਗੀ ਪਈ ਆ ਸਮਝ ਲਓ ਅੱਗ ਲੱਗੀ ਪਈ ਆ ਚਾਹ ਚੜੇ ਪਏ ਆ ਅੱਗ ਕਿਹਨਾਂ ਦੇ ਲੱਗੀ ਆ ਜਿਹੜੇ ਆ ਇਸ ਵਾਰ ਰਵਾਇਤੀ ਪਾਰਟੀਆਂ ਹਟ ਗਈਆਂ ਜਿਹੜੀਆਂ ਪਿੱਛੇ ਰਹਿ ਗਈਆਂ ਜਿਹੜੀਆਂ ਤੋਂ ਲੀਡ ਹੀ ਨਹੀਂ ਟੁੱਟਦੀ ਸੋ ਮਾਹੌਲ ਬਹੁਤ ਬਹੁਤ ਘੈਂਟ ਵਾਲਾ ਮਾਹੌਲ ਹੈ ਜਲੰਧਰ ਦੇ ਵਿੱਚ ਇਸ ਵੇਲੇ ਤੋ ਗੱਲਾਂ ਗਾਂ ਦੀਆਂ ਹੋਈਆਂ ਪਈਆਂ ਤੋ ਮਾਹੌਲ ਚੱਲ ਬਹੁਤ ਇੱਦਾਂ ਇਸ ਤਰੀਕੇ ਦੇ ਨਾਲ ਕਿ ਜਿੱਦਾਂ ਲੋਕਾਂ ਦੇ ਨਾਅਰੇ ਲੱਗ ਰਹੇ ਆ ਲੋਕ ਇਹ ਕਹਿ ਰਹੇ ਆ ਵੀ ਪੰਜਾਬ ਅੱਜ ਆਜ਼ਾਦ ਹੋ ਗਿਆ ਤੇ ਮਹਿਸੂਸ ਹੋ ਰਿਹਾ ਕਿ ਪੰਜਾਬ ਵਾਕਈ ਆਜ਼ਾਦ ਹੋਣ ਵਾਲੀਆਂ ਗੱਲਾਂ ਹੋ ਗਈਆਂ ਕਿਉਂਕਿ ਰਵਾਇਤੀ ਪਾਰਟੀਆਂ ਨੇ ਪਿਛਲੇ ਲੰਬੇ ਸਮੇਂ ਤੋਂ ਸਾਨੂੰ ਲੁੱਟਿਆ ਸਾਨੂੰ ਬਹੁਤ ਤਰੀਕੇ ਦੇ ਨਾਲ ਸਾਨੂੰ ਉਲਝਾਇਆ ਜਾਤਾਂ ਪਾਤਾਂ 'ਚ ਉਲਝਾਇਆ ਅਤੇ ਅੱਜ ਜਲੰਧਰ ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਦੀ ਲੀਡ ਦੇਖਣ ਨੂੰ ਮਿਲ ਰਹੀ ਹੈ ਤੁਸੀਂ ਮਾਹੌਲ ਦੇਖ ਸਕਦੇ ਆ ਤਾਂ ਮੇਰੇ ਪਿਛਲੇ ਪਾਸੇ ਚੰਗਾ ਇਕੱਠ ਆ ਮੈਂ ਗੱਲਬਾਤ ਵੀ ਕਰਦਾ ਗੋਰਾ ਮੇਰੇ ਨਾਲ ਹੈ ਤਾਂ ਆਪਣਾ ਭਾਈ ਮਿੱਤਰ ਹੈ ਗੋਰੇ ਕੀ ਕਹਿਣਾ ਚਾਹੁੰਦਾ ਵਾਂ ਕਹਿਣਾ ਕੀ ਆ ਅਸੀਂ ਭਾਅ ਜੀ ਸਾਨੂੰ ਖੁਸ਼ੀ ਬਹੁਤ ਜ਼ਿਆਦਾ ਆ ਵੀ ਆਪਣੇ ਮਾਨ ਸਾਹਿਬ ਸੀਐਮ ਬਣ ਰਹੇ ਆ ਹਾਂ ਜੀ ਇੰਨੀ ਹੱਦੋਂ ਵੱਧ ਖੁਸ਼ੀ ਆ ਕਹਿਣ ਨੂੰ ਕਹਾਣ ਆ ਨਹੀਂ ਰਿਹਾ ਮੂੰਹ 'ਚ ਗੋਰੇ ਲੋਕਾਂ ਨੇ ਇੱਦਾਂ ਬਹੁਤ ਗੱਲਾਂ ਕੀਤੀਆਂ ਵੀ ਝਾੜੂ ਦਾ ਬਾਈਕਾਟ ਕਰਦੇ ਹੋ ਆਹ ਕਰਦੇ ਹੋ ਆਹ ਕਰਦੇ ਹੋ ਇਹ ਉਹਨਾਂ ਦੇ ਹਿਸਾਬ ਨਾਲ ਤਾਂ ਕੰਮ ਸਾਰਾ ਹੀ ਉਲਟ ਪੁਲਟ ਹੋ ਗਿਆ ਉਲਟ ਪੁਲਟ ਹੋਣਾ ਹੀ ਸੀਗਾ ਜੇ ਉਹ ਕੰਮ ਹੀ ਨਹੀਂ ਚੱਜਦੇ ਕਰਨੇ ਤਾਂ ਪਤਾ ਹੀ ਆ ਸਾਰੇ ਦੁਨੀਆ ਨੂੰ ਪਤਾ ਆ ਵੀ ਮਤਲਬ ਜੇ ਕੋਈ ਚੱਜਦਾ ਕੰਮ ਕੀਤਾ ਹੁੰਦਾ ਤਾਂ ਚੱਲ ਇਹਨਾਂ ਨੂੰ ਕੋਈ ਵੋਟਾਂ ਚੱਜਣਾ ਪਾਉਂਦੇ ਵੀ ਲੋਕ ਜਦੋਂ ਕੰਮ ਹੀ ਨਹੀਂ ਕੋਈ ਚੱਜਣਾ ਫਿਰ ਕੀਤੇ ਤਾਂ ਹੁਣ ਝਾੜੂ ਤਾਂ ਫਿਰਨਾ ਹੀ ਸੀ ਬਿਲਕੁਲ ਮੈਂ ਅੰਕਲ ਨਾਲ ਵੀ ਗੱਲ ਕਰਦਾ ਅੰਕਲ ਜੀ ਇਹਨਾਂ ਨੇ ਬੜਾ ਇੱਦਾਂ ਕਹਿੰਦੇ ਸੀਗੇ ਵੀ ਹਿੰਦੂ ਮੁਸਲਿਮ ਬਹੁਤ ਆ ਜੀ ਇੱਥੇ ਖਤਰਾ ਬਾਹਲਾ ਹੋ ਗਿਆ ਅਤੇ ਪਰ ਆ ਉਹਨਾਂ ਦਾ ਕੋਈ ਪੈਂਤੜਾ ਚੱਲਿਆ ਨਹੀਂ ਉਹ ਵੰਡ ਕੇ ਮਤਲਬ ਜਾਂ ਹਰ ਵਾਰੀ ਕਰਦੇ ਹਿੰਦੂ ਸਿੱਖ ਮੁਸਲਿਮ ਹਿੰਦੂ ਵੰਡ ਕੇ ਮਤਲਬ ਜਿੱਤੇ ਆ ਹੈ ਕਿ ਉਹ ਗੱਲ ਬਣੀ ਨਹੀਂ ਉਹਨਾਂ ਦੀ ਹੈ ਕਿ ਗੱਲ ਨਹੀਂ ਬਣੀ ਸੋ ਮਾਹੌਲ ਬਹੁਤ ਵੱਖਰਾ ਮਾਹੌਲ ਹੈ ਚਾਹ ਆ ਤੁਹਾਨੂੰ ਸਾਰਿਆਂ ਨੂੰ ਆਮ ਆਦਮੀ ਪਾਰਟੀ ਦੇ ਬਣਨ 'ਤੇ ਬਹੁਤ ਬਹੁਤ ਵਧਾਈ ਹੈ ਪੰਜਾਬ ਆਨਲਾਈਨ ਅਤੇ ਮਨੀ ਕਲਾਸ ਦੇ ਅਫੀਸ਼ੀਅਲ ਫੇਸਬੁੱਕ ਵੱਲੋਂ ਫੇਸਬੁੱਕ ਪੇਜ ਵੱਲੋਂ ਤੁਸੀਂ ਦੇਖੋ ਜਿੰਬਾਂ ਫੜਫੜ ਆਉਂਦੀਆਂ ਸੋ ਆ ਜਾਓ ਤੁਹਾਨੂੰ ਮਾਹੌਲ ਦਿਖਾਉਂਦੇ ਹਾਂ ਇੱਧਰ ਇੱਧਰ ਵੀਰ ਨਾਲ ਵੀ ਗੱਲਬਾਤ ਕਰਦੇ ਆ ਵੀਰੇ ਕੀ ਹਾਲ ਚਾਲ ਹੈ ਚਾਹ ਵਾਲਾ ਜਿਹੜਾ ਮੈਨੂੰ ਤਾਂ ਗੱਲ ਇੱਦਾਂ ਆਉਂਦੀ ਮੈਂ ਕੀ ਕਹਾਂ ਹੁਣ ਕੀ ਕਹਿਣਾ ਚਾਹੁੰਦੇ ਆ ਚਾਹ ਬਹੁਤ ਹੈ ਖੁਸ਼ੀ ਬਹੁਤ ਹੈ ਚਾਹ ਜਿਹੜਾ ਇੰਨਾ ਚੜਿਆ ਪਿਆ ਜਿੱਦਾਂ ਮੁੰਡੇ ਨੂੰ ਘੋੜੀ ਚੜ੍ਹਨ ਦਾ ਚਾਹ ਚੜ੍ਹਦਾ ਅੱਜ ਜਿਹੜਾ ਵਾ ਅਸੀਂ ਜਿਹੜਾ ਵਾ ਚਰਨਜੀਤ ਚੰਨੀ ਨੂੰ ਜਿਹੜਾ ਵਾ ਪਰਮਾਨੈਂਟ ਨੌਕਰੀ ਦੇਣ ਜਾ ਰਹੇ ਹਾਂ ਧਾਰ ਚੋਣ ਦੀ ਉਹਨੇ ਤਾਂ ਪੰਜਾਬ ਬੱਕਰੀ ਦਾ ਚੋਂਦਾ ਫਿਰਦਾ ਉਹਨੂੰ ਜਿਹੜਾ ਵਾ ਐਤਕੀ ਆਪਾਂ ਜਿਹੜਾ ਪਰਮਾਨੈਂਟ ਨੌਕਰੀ ਦੇਵਾਂਗੇ ਜਿਹੜੇ 36,000 ਨੌਕਰੀਆਂ ਉਹਨੇ ਕਹੀਆਂ ਸੀਗੀਆਂ ਅਸੀਂ ਜਿਹੜਾ ਵਾ ਯੂਥ ਨੂੰ ਦਿੱਤੀਆਂ ਮੈਂ ਚਰਨਜੀਤ ਚੰਨੀ ਜੀ ਤੁਹਾਨੂੰ ਆਪਣੇ ਵੱਲੋਂ ਬੱਕਰੀ ਚੋਣ ਦੀ ਨੌਕਰੀ ਦੂੰਗਾ ਨਾਲੇ ਸਾਨੂੰ ਸਵੇਰੇ ਦੁੱਧ ਪਿਆਇਓ ਅਤੇ ਨਾਲੇ ਸਾਡੇ ਨਾਲੇ ਖੁਦ ਪੀਓ ਅਤੇ ਨਾਲੇ ਜੁੱਤੀਆਂ ਖਾਇਓ ਲੋਕਾਂ ਦੀਆਂ ਸੋ ਦੇਖੋ ਲੋਕਾਂ ਦੇ ਵਿੱਚ ਰੋਸ ਵੀ ਹੈ ਲੋਕਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿੱਤਣ ਦੀ ਖੁਸ਼ੀ ਵੀ ਹੈ ਸੋ ਬਾਈ ਬਹੁਤ ਇਹਨਾਂ ਸਰਕਾਰਾਂ ਨੇ ਭੰਡਿਆ ਕਹਿੰਦੇ ਝਾੜੂ ਦੱਤ ਕਰ ਦਿਓ ਪੱਕਾ ਹੀ ਬਾਈਕਾਟ ਹੋਰ ਪਾਰਟੀਆਂ ਜਿਹਨਾਂ ਪਾਰਟੀਆਂ ਨੇ ਅੱਜ ਤੱਕ ਸਾਨੂੰ ਲੁੱਟਿਆ ਜਿਹਨਾਂ ਪਾਰਟੀਆਂ ਨੇ ਅੱਜ ਤੱਕ ਸਾਡੇ ਨੌਜਵਾਨ ਨੌਕਰੀਆਂ ਦਿੱਤੀਆਂ ਲੋਕਾਂ ਨੇ ਅੱਗਾਂ ਲਾਲਾ ਸੜ ਗਿਆ ਟੈਂਕੀਆਂ 'ਤੇ ਚੜ੍ਹੇ ਫਿਰਦੇ ਉਹਨਾਂ ਨੂੰ ਨਹੀਂ ਕਿਸੇ ਨੇ ਕਿਹਾ ਝਾੜੂ ਤੋਂ ਇੰਨਾ ਡਰ ਸੀਗਾ ਕੀ ਆਪਾਂ ਉਸ ਗੱਲ ਨੂੰ ਤੁਸੀਂ ਕਿੱਦਾਂ ਦੇਖਦੇ ਭਾਅ ਜੀ ਝਾੜੂ ਨੂੰ ਕਿਉਂਕਿ ਦਿੱਲੀ 'ਚ ਜਿਹੜੀ ਸਰਕਾਰ ਹੈ ਦਿੱਲੀ 'ਚ ਕੰਪਲੀਟ ਸਰਕਾਰ ਨਹੀਂ ਹੈ ਉਹਦੇ 'ਚ ਸਰਕਾਰ ਦੇ ਦੋ ਹਿੱਸੇ ਆ ਅੱਧਾ ਪਾਰਟ ਸੈਂਟਰ ਚਲਾਉਂਦਾ ਅੱਧਾ ਪਾਰਟ ਜਿਹੜਾ ਵਾ ਉੱਤੇ ਦੀ ਸਟੇਟ ਚਲਾਉਂਦੀ ਹੈ ਸੋ ਆਪਣੀ ਜਿਹੜੀ ਆਮ ਆਦਮੀ ਪਾਰਟੀ ਦਾ ਪੋਟੈਂਸ਼ੀਅਲ ਹੈ ਜਿਹੜਾ ਪੂਰਾ ਉਹ ਕਦੀ ਇਸਤੇਮਾਲ ਹੀ ਨਹੀਂ ਹੋ ਪਾਉਂਦਾ ਸਾਨੂੰ ਸਿਰਫ ਪੈਰ ਰੱਖਣ ਨੂੰ ਇੱਕ ਸਟੇਟ ਚਾਹੀਦੀ ਸੀਗੀ ਔਰ ਪ੍ਰਮਾਤਮਾ ਨੇ ਉਹ ਸਟੇਟ ਬਖਸ਼ਤੀ ਹੈ ਹੁਣ ਤੁਸੀਂ ਆਉਣ ਵਾਲੇ ਸਾਲਾਂ 'ਚ ਸ਼੍ਰੀ ਅਰਵਿੰਦ ਕੇਜਰੀਵਾਲ ਨੂੰ ਪ੍ਰਾਈਮ ਮਿਨਿਸਟਰ ਦੀ ਸੀਟ 'ਤੇ ਦੇਖੋਗੇ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਸ਼੍ਰੀ ਅਰਵਿੰਦ ਕੇਜਰੀਵਾਲ ਸ਼੍ਰੀ ਅਰਵਿੰਦ ਕੇਜਰੀਵਾਲ ਸੋ ਬਹੁਤ ਬਹੁਤ ਧੰਨਵਾਦ ਵੀਰਾਂ ਦਾ ਤੁਸੀਂ ਦੇਖ ਸਕਦੇ ਹੋ ਕਿੰਨਾ ਉਤਸ਼ਾਹ ਆ ਕਿੰਨਾ ਚਾਹ ਆ ਔਰ ਵੀਰ ਨੇ ਜਿਹੜੀ ਗੱਲ ਕਹੀ ਆ ਇਸ ਗੱਲ ਨਾਲ ਮੈਂ 100% ਐਗਰੀ ਕਰਦਾ ਜੇ ਚੰਗੇ ਕੰਮ ਪੰਜਾਬ 'ਚ ਹੋਣਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਅਰਵਿੰਦ ਕੇਜਰੀਵਾਲ ਜੀ ਨੂੰ ਪੰਜਾਬ ਦਾ ਸੀਐਮ ਵੀ ਦੇਖਾਂਗੇ ਪੰਜਾਬ ਦਾ ਸੀਐਮ ਵੀ ਅਸੀਂ ਦੇਖਾਂਗੇ ਪੀਐਮ ਵੀ ਦੇਖਾਂਗੇ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਮੇਰੇ ਫੇਸਬੁੱਕ ਪੇਜ 'ਤੇ ਬਣੇ ਰਹਿਣ ਲਈ ਔਰ ਪੰਜਾਬ ਆਨਲਾਈਨ ਚੈਨਲ ਦੇ ਨਾਲ ਬਣੇ ਰਹਿਣ ਲਈ